ਸਰ ਇੱਥੇ ਨਾ ਜੀ ਅੱਗ ਤਕਰੀਬਨ 2.5-2.25 ਘੰਟੇ ਤੋਂ ਅੱਗ ਲੱਗੀ ਹੋਈ ਹੈ ਜੀ ਅਤੇ ਫਾਇਰ ਬ੍ਰਿਗੇਡ ਨੂੰ ਜਦੋਂ ਪਹਿਲੀ ਦੁਕਾਨ ਨੂੰ ਅੱਗ ਲੱਗੀ ਸੀ ਉਦੋਂ ਦਾ ਫੋਨ ਕੀਤਾ ਹੋਇਆ ਜੀ ਅਤੇ ਤੁਸੀਂ ਦੇਖ ਲਓ ਵੀ ਪੂਰੀ ਦੁਕਾਨਾਂ ਸੜ ਕੇ ਸਵਾਹ ਹੋ ਚੁੱਕੀਆਂ ਜੀ ਅਤੇ ਇਹਨਾਂ ਨੂੰ ਫੋਨ 'ਤੇ ਫੋਨ ਫਾਇਰ ਬ੍ਰਿਗੇਡ ਕੋਈ ਨਹੀਂ, ਸਿਰਫ ਇੱਕ ਪੁਲਿਸ, ਪੰਜਾਬ ਪੁਲਿਸ ਆਪਣੀ ਮੌਕੇ 'ਤੇ ਪਹੁੰਚੀ ਹੈ ਜੀ, ਕੋਈ ਵੀ ਬੰਦਾ ਇੱਥੇ ਨਹੀਂ ਪਹੁੰਚਿਆ ਜੀ ਫਾਇਰ ਬ੍ਰਿਗੇਡ ਦਾ। ਅਤੇ ਹੁਣ ਜਦੋਂ ਸਾਰੀ ਦੁਕਾਨ ਸੜ ਕੇ ਸਵਾਹ ਹੋ ਗਈਆਂ ਜੀ, ਅੱਗ ਪੂਰੀ ਫੈਲ ਚੁੱਕੀ ਸੀਗੀ, ਤਾਂ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਪਹੁੰਚੀ ਹੈ ਜੀ। ਕਮ ਸੇ ਕਮ ਜੀ 2-2.5 ਘੰਟੇ ਬਾਅਦ ਹੀ ਪਹੁੰਚੀ ਹੈ, ਜਦੋਂ ਸਟਾਰਟਿੰਗ ਦੇ ਵਿੱਚ ਸਾਰਾ ਖਤਮ ਹੋ ਚੁੱਕਿਆ ਸੀਗਾ ਉਦੋਂ ਆਈ ਹੈ ਜੀ ਫਾਇਰ ਬ੍ਰਿਗੇਡ। ਦੁਕਾਨਾਂ ਨੂੰ ਅੱਗ ਲੱਗੀ ਸਰ, ਤਕਰੀਬਨ ਕਰੋੜਾਂ ਦਾ ਨੁਕਸਾਨ, ਸਾਰੀਆਂ ਟੋਟਲੀ ਦੁਕਾਨਾਂ ਸੜ ਕੇ ਸਵਾਹ ਹੋ ਚੁੱਕੀਆਂ ਜੀ। ਤਕਰੀਬਨ 50+ ਹੈ ਜੀ, 50+ ਹੈ ਜੀ ਉਸ ਰਵੀਦਾਸ ਚੌਂਕ ਤੋਂ ਲੈ ਕੇ, ਬਿਲਕੁਲ ਜੀ, ਤਿੰਨ ਚਾਰ ਗੱਡੀਆਂ ਸੜ ਕੇ ਸਵਾਹ, ਯਾਤਰੂਆਂ ਦੀਆਂ ਗੱਡੀਆਂ ਸੜ ਕੇ ਸਵਾਹ ਹੋ ਗਈਆਂ ਜੀ, ਅਤੇ ਟਿੱਪਰ ਹੈ, ਬਾਕੀ ਟੋਟਲ ਗੱਡੀਆਂ ਦੇਖੇ ਜਾਵੇ ਤਾਂ 8-10 ਗੱਡੀਆਂ, ਸਿਲੰਡਰ ਬਹੁਤ ਫਟੇ। ਵੀ ਜੀ, ਐਡਾ ਵੱਡਾ ਤਖ਼ਤ ਸਾਹਿਬ ਆਨੰਦਪੁਰ ਸਾਹਿਬ, ਜਿੱਥੋਂ ਲੱਖਾਂ ਦੇ ਹਿਸਾਬ ਨਾਲ ਦੁਨੀਆਂ ਦਾ ਦੇਸ਼ਾਂ ਵਿਦੇਸ਼ਾਂ ਤੋਂ ਆਨੰਦਪੁਰ ਸਾਹਿਬ 'ਚ ਨਮਸਤਕ ਹੁੰਦੀ ਆ ਕੇ, ਪਰ ਐਡੇ ਵੱਡੇ ਸ਼ਹਿਰ ਦੇ ਵਿੱਚ ਇੱਕ ਸਿਰਫ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਨਹੀਂ ਹੈ, ਕਿਸੇ ਦੇ ਘਰ ਨੂੰ ਅੱਗ ਲੱਗ ਜਾਵੇ, ਕਿਸੇ ਦੀ ਦੁਕਾਨਾਂ ਨੂੰ ਅੱਗ ਲੱਗ ਜਾਵੇ, ਕੋਈ ਬੰਦੋਬਸਤ ਨਹੀਂ ਹੈਗਾ ਜੀ ਐਡੇ ਵੱਡੇ ਸ਼ਹਿਰ ਦੇ ਵਿੱਚ, ਜਿੱਥੇ ਕਿ ਲੱਖਾਂ ਦੇ ਹਿਸਾਬ ਨਾਲ ਦੁਨੀਆ ਇੱਥੇ ਆ ਕੇ ਨਮਸਤਕ ਹੁੰਦੀ ਹੈ, ਪਰ ਅੱਜ ਉਸ ਗਲਤੀ ਦਾ ਖਮਿਆਜ਼ਾ ਤੁਹਾਡੇ ਸਾਹਮਣੇ ਹੈ ਜੀ, ਕਿ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਦੁਕਾਨਦਾਰਾਂ ਦਾ, ਕਿ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ, ਜਿਹੜਾ ਕਿ ਨਾ ਬੁਰਾ ਹੋਣ ਵਾਲਾ ਘੱਟ ਆ ਕਿ ਬੰਦੇ ਮਰਨ ਵਾਲੇ ਹੋਏ ਨੇ, ਇਸ ਲਈ ਇੰਨਾ ਬੁਰਾ ਹਾਲ ਚੁੱਕਿਆ ਜੀ। ਇਹ ਤਕਰੀਬਨ 2:30 ਵਜੇ ਜੋ ਅੱਗ ਦਾ ਸਿਲਸਿਲਾ ਸ਼ੁਰੂ ਹੋਇਆ, ਅਤੇ ਪਹਿਲੀ ਦੁਕਾਨ ਤੋਂ ਹੀ ਫਾਇਰ ਬ੍ਰਿਗੇਡ ਨੂੰ ਫੋਨ ਕਰਤੀ ਸੀ ਸਿਟੀ ਇੰਚਾਰਜ ਸਾਹਿਬ ਨੇ, ਤਾਂ ਕੋਈ ਉਹਨਾਂ ਦੀ ਐਕਸ਼ਨ ਨਹੀਂ ਕੀਤਾ, ਸਿਰਫ 2.5 ਘੰਟੇ ਤੋਂ ਬਾਅਦ ਆਏ ਹੈ, ਉਹ ਵੀ ਪੂਰਾ ਬੰਦੋਬਸਤ ਨਹੀਂ ਸਾ, ਕਾਫੀ ਜਦ ਤੱਕ ਪੂਰਾ ਹੀ ਨੁਕਸਾਨ ਹੋ ਚੁੱਕਿਆ ਸੀ ਸਭ ਸਾਡੇ, ਕਿੰਨਾ ਨੁਕਸਾਨ, ਕਰੋੜਾਂ ਦਾ ਨੁਕਸਾਨ ਹੋ ਗਿਆ, ਹਾਂਜੀ ਕਰੋੜਾਂ ਤੱਕ ਹੋ ਹੀ ਗਿਆ, ਅਤੇ ਸਭ ਦਾ ਰੁਜ਼ਗਾਰ ਹੀ ਖਤਮ ਹੋ ਗਿਆ, ਸੁਪਨੇ ਸਭ ਦੇ ਜਲ ਕੇ ਰਾਖ ਹੋ ਗਏ, ਫਿਰ ਵੀ ਸੂਰਤ ਅਗਨੀਕਾਂਡ ਤੋਂ ਇਹਨਾਂ ਨੇ ਕੋਈ ਸਬਕ ਨਹੀਂ ਲਿੱਤਾ, ਜੋ ਉੱਥੇ ਨੁਕਸਾਨ ਹੋਇਆ ਬੱਚੇ ਦੇ, ਉਹ ਤੋਂ ਬਾਅਦ ਵੀ ਫਿਰ ਕੋਈ ਤਾਂ ਲੱਗਿਆ ਸੁੱਤੇ ਵੇ ਭੱਜੇ ਆਏ ਅਸੀਂ, ਜਦ ਦੇਖਿਆ ਇੱਥੇ ਪਹਿਲਾਂ ਉਹ ਪਾਰਲੀ ਮਾਰਕੀਟ 'ਚ ਚੀਜ਼ ਲੱਗੀ ਵੀ, ਲੱਗਦੀ ਕਿਸੇ ਨਾਲ ਕੋਈ ਉਹ ਨਹੀਂ ਕੀਤੀ, ਹੈਲਪ ਨਹੀਂ ਕੀਤੀ, ਜਦ ਉਹਨੇ ਚਿਹਨੂੰ ਸਾਡੀਆਂ ਦੁਕਾਨਾਂ ਬਚ ਜਾਣੀਆਂ ਦੀਆਂ, ਦੇਖਦੇ ਸਾਰਾ ਕੁਛ ਸੜ ਕੇ ਤਬਾਹ ਹੋ ਗਏ, ਕੋਈ ਪ੍ਰਬੰਧ ਨਹੀਂ, ਪਾਣੀ ਵਾਲੀ ਗੱਡੀ ਕੋਈ ਨਹੀਂ ਆਈ ਆ, ਹੁਣ ਆਈ ਗੱਡੀ ਤਾਂ ਅੱਧਾ ਕੁ ਘੰਟਾ ਹੋਇਆ ਜੀ ਆਈ, ਸਾਰਾ ਕੁਛ ਸੜ ਘਰ ਵਾਲੇ ਦੀ ਵੀ ਡੈਥ ਹੋ ਗਈ ਪਿੱਛੇ ਜੇ 6 ਮਹੀਨੇ ਹੋਏ, ਇੰਨੇ ਇੰਨੇ ਕਰਜ਼ੇ ਚੱਕ ਕੇ ਅਸੀਂ ਸਮਾਨ ਪਾਇਆ ਵਾ, ਹਾਂ
15 20 ਲੱਖ ਦਾ, ਕਿੱਥੇ ਭਾਅ ਜੀ ਲੱਖਾਂ ਕਰੋੜਾਂ ਰੁਪਇਆ ਦਾ ਨੁਕਸਾਨ ਹੋ ਗਿਆ ਜੀ ਭਾਅ ਜੀ, ਉਹਦੇ ਸਿਰ 'ਤੇ ਹੀ ਦੁਕਾਨਾਂ ਦੇ ਸਿਰ 'ਤੇ ਹੀ ਤੇ ਸਾਰੇ ਇੱਥੇ ਆਪ ਚਲਾਉਂਦੇ ਦੁਕਾਨਾਂ ਜੀ? ਹਾਂਜੀ ਬੇਟਾ ਚਲਾਉਂਦਾ ਹੈ। ਅੱਛਾ ਜੀ, ਸਾਨੂੰ ਤਾਂ ਕੋਈ ਹੋਰ ਸਹੂਲਤ ਵੀ ਨਹੀਂ। ਹਾਂਜੀ ਬੱਚਿਆਂ ਨੂੰ ਛੁੱਟੀਆਂ? ਹਾਂਜੀ ਬੱਚਿਆਂ ਨੂੰ ਛੁੱਟੀਆਂ ਹੁਣ ਹੋਈਆਂ, ਹੁਣ ਛੁੱਟੀਆਂ ਪਹਿਲੀ ਤੋਂ ਹੁਣ ਕੰਮ ਸ਼ੁਰੂ ਹੋ ਗਏ ਸੀਗੇ ਲੋਕਾਂ ਦੇ। ਹਾਂਜੀ ਸਭ ਕੁਛ ਹੈ ਜੀ। ਸਾਰੀ ਮਾਰਕੀਟ ਜਲ ਗਈ ਵੀ ਸੀ ਜੀ, ਜਦ ਤੱਕ ਤਾਂ ਕੁਛ ਨੀ ਬਚਿਆ ਇੱਥੇ। ਲੋਕਾਂ ਨੇ ਮਦਦ ਤਾਂ ਬਥੇਰੀ ਕੀਤੀ ਪਰ ਹੈ ਨੀ ਕਿਸੇ ਤੋਂ ਕੁਛ ਵੀ ਹੋਇਆ। ਇਹ ਤਕਰੀਬਨ 3:15 ਦੀ ਘਟਨਾ ਜੀ, ਮਤਲਬ ਕਾਫੀ ਦੁਕਾਨਾਂ ਜਿਹੜੀ ਅੱਗ ਲੱਗ ਗਈ ਆ, ਸਿਲੰਡਰ ਸਿਲੰਡਰ ਵੀ ਵਿੱਚ ਫਟੇ ਨੇ, ਜਾਨੀ ਨੁਕਸਾਨ ਤੋਂ ਬਚਾ ਰਿਹਾ, ਮਾਲੀ ਨੁਕਸਾਨ ਬਹੁਤ ਹੋਇਆ। ਤਖ਼ਤ ਸਾਹਿਬ ਵੱਲੋਂ ਵੀ ਟੈਂਕਰਾਂ ਨਾਲ ਮੁਲਾਜ਼ਮ ਬੁਲਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਜਿਹੜੀ ਇੰਨੀ ਬੇਕੰਟਰੋਲ ਸੀ ਵੀ ਬੇਕਾਬੂ ਸੀ, ਬੁਝਾਉਣਾ ਬਹੁਤ ਮੁਸ਼ਕਲ ਸੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਤੁਰਤ ਪ੍ਰਸ਼ਾਸਨ ਵੀ ਇੱਥੇ ਆਪ ਪਹੁੰਚਿਆ, ਫਾਇਰ ਬ੍ਰਿਗੇਡ ਗੱਡੀਆਂ ਲਈ ਨੰਗਲ ਅਤੇ ਘਨੌਲੀ ਟੈਲੀਫੋਨ ਕੀਤੇ ਗਏ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਥੋੜ੍ਹੀਆਂ ਜਿਹੀਆਂ ਲੇਟ ਹੋਣ ਕਰਕੇ ਜਿਹੜਾ ਨੁਕਸਾਨ ਜ਼ਿਆਦਾ ਹੋ ਗਿਆ। ਇਸ ਲਈ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੀ ਜਿਹੜੀਆਂ ਮਿਊਂਸਪਲ ਕਾਰਪੋਰੇਸ਼ਨ ਲਈ ਜਿਹੜੀਆਂ ਫਾਇਰ ਬ੍ਰਿਗੇਡ ਗੱਡੀਆਂ ਉਹਨਾਂ ਦਾ ਜ਼ਰੂਰ ਪ੍ਰਬੰਧ ਕਰਨਾ ਚਾਹੀਦਾ। ਸਰ ਤਖ਼ਤ ਸਾਹਿਬ ਐਡੇ ਵੱਡੇ ਆਪਣੇ ਆਪ ਦੇ ਵਿੱਚ ਲੋਕ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਪਹੁੰਚਦੇ ਨੇ, ਵਿਰਾਸਤ ਏ ਖਾਲਸਾ ਵੀ ਹੈ, ਕਿ ਤਖ਼ਤ ਸਾਹਿਬ ਵੱਲੋਂ ਵੀ ਤੁਸੀਂ ਕੋਸ਼ਿਸ਼ ਕਰੋਗੇ ਕਿ ਅਨੰਦਪੁਰ? ਬਿਲਕੁਲ, ਅਸੀਂ ਵੀ ਇਹਦੇ ਲਈ ਕੋਸ਼ਿਸ਼ ਕਰਾਂਗੇ ਕਿ ਇੱਕ ਫਾਇਰ ਬ੍ਰਿਗੇਡ ਗੁਰਦੁਆਰਾ ਸਾਹਿਬ ਵੀ ਜਿਹੜੀ ਹੈ ਉਹ ਤਿਆਰ ਕਰਨ ਦੀ ਯਤਨ ਕੀਤੇ ਜਾਣ।